बलवंत गार्गी होरां दी कहानी है, वड्डी सदर। शांता दी सब तो वड्डी सदर ए सी कि उह गाउणा सिखे ते संगीत दी दुनिया विच अपना नाम पैदा करे। पर उस दी मां नूं इह गल उक्का पसंद नहीं सी। उस दी मां ने सिर्फ हिंदी रतन दा इम्तिहान पास कीता सी। उह चाहुंदी सी कि उस दी धी घट्टो घट्ट बी ए तां करे। पर शांता दा किताबां विच बहुता ध्यान नहीं सी जुड़दा। उह गाउण दी शौकीन सी, कितों भुल्ली भटकी कोई तर्ज सुन लैंदी तां उहदे मन ते नक्श हो जांदी ते उह उस धुन नूं गाउंदी रहिंदी। उस दी मां कई वार खिंच के आखदी, कुड़िए इह मरासियां वाले किते छड्ड, पढ़ाई बाज आदमी डंगर रह जांदा है। असीं तैनूं पढ़ाउंदे हां, वड्डी हो के अकल आऊगी तां आखेंगी कि मापिया तेरे लिए चंगा ही कीता। बाबू राम लाल दी धी तेरे हाण दी ए, कॉलेज जाण लई तरस दी ए, उस दे मापे उस नूं नहीं भेज सकदे, पर तैनूं पढ़ाई पसंद ही नहीं। मां, मैनूं किताबां उक्का चंगियां नहीं लगदियां, पढ़ पढ़ के अक्खां काणियां हो गईयां ने। इह हिसाब दे सवाल जी करदा किताबां पाड़ सुट्टां। हुण तां मैं अगे तां ही पढ़ूंगी जे घर गाउण लई मास्टर रख दे। मैं गाउण दा भूत पता नहीं कित्थों पै गया। चंद्रीए दो अक्खर ढड्ड विच पाएंगी तां वड्डी होई सानूं असीसां देंगी। गाना सिख के डूमां दे वांग टारां मारेंगी, चंगी लगेंगी। शांता ने रो पट के दसवीं कीती, उस पिछों एफ ए। बी ए विच एक साल फेल हुई, अगले साल पास हो गई। उस दी मां ने पास होई दे लड्डू वंडे ते कुड़ी दा विआह तर दिता। शांता व्याही गई। विआह दे गीत उस खुद कुड़ियां विच बैठ के गाए, मां धी दे विछोड़े दे गीत, जिन्हां नूं सुन सुन के उस दी मां दा कलेजा सल हुंदा सी। ਵਿਆਹ ਪਿੱਛੋਂ ਸ਼ਾਂਤਾ ਫਿਰੋਜ਼ਪੁਰ ਤੋਂ ਲੁਧਿਆਣੇ ਚਲੀ ਗਈ। ਘਰ ਦੀਆਂ ਜ਼ਿੰਮੇਵਾਰੀਆਂ, ਕਬੀਲਦਾਰੀ, ਨਿੱਤ ਦੇ ਰੁਝੇਵਿਆਂ ਵਿੱਚ ਉਸ ਦੀ ਸਦਰ ਦੱਬੀ ਰਹਿ ਗਈ। ਉਸ ਦੀ ਕੁੜੀ ਹੱਦੋਂ ਸੋਹਣੀ ਸੀ, ਗੋਰੀ ਚਿੱਟੀ, ਵੱਡੀਆਂ ਵੱਡੀਆਂ ਅੱਖਾਂ। ਕੀ ਹੋਇਆ ਜੇ ਮੈਂ ਗਾਉਣਾ ਨਹੀਂ ਸਿੱਖੀ, ਮੇਰੀ ਧੀ ਮੇਰੀ ਸਦਰ ਪੂਰੀ ਕਰੇਗੀ, ਸ਼ਾਂਤਾ ਸੋਚਦੀ। ਛੇਕੜ ਧੀਆਂ ਪੁੱਤ ਮਾਪਿਆਂ ਦੀਆਂ ਅਪੂਰਨ ਆਸਾਂ ਅਤੇ ਸੁਪਨਿਆਂ ਦਾ ਹੀ ਤਾਂ ਪ੍ਰਗਟਾਵਾ ਹੁੰਦੇ ਨੇ। ਉਸਨੇ ਕੁੜੀ ਦਾ ਨਾਮ ਕੰਵਲ ਰੱਖਿਆ। ਘਰ ਵਿੱਚ ਤਵਿਆਂ ਵਾਲੀ ਮਸ਼ੀਨ ਸੀ, ਚੰਗੇ ਚੰਗੇ ਰਿਕਾਰਡ ਸਨ, ਰੇਡੀਓ ਸੀ। ਨਿੱਕੀ ਕੰਵਲ ਗੀਤ ਸੁਣਦੀ ਤੇ ਨਾਲ ਨਾਲ ਗਾਉਂਦੀ ਤੇ ਨੱਚਦੀ। ਮਾਂ ਵਾਰੇ ਵਾਰੇ ਜਾਂਦੀ, ਉਸਨੂੰ ਚੁੰਮਦੀ, ਪਿਆਰ ਕਰਦੀ ਤੇ ਆਪਣਾ ਨੱਕ ਉਸ ਦੀਆਂ ਗੱਲਾਂ ਨਾਲ ਰਗੜ ਕੇ ਆਖਦੀ, ਮੇਰੀ ਧੀ ਸੰਗੀਤ ਦੀ ਰਾਣੀ ਬਣੇਗੀ। ਕੰਵਲ ਸਕੂਲ ਵਿੱਚ ਸਭ ਤੋਂ ਸੋਹਣੀ ਸੀ। ਮਾਂ ਉਸਦੇ ਕੱਜਲ ਪਾਉਣ ਲੱਗਿਆਂ ਉਸਦੇ ਮੱਥੇ ਉੱਤੇ ਟਿੱਕਾ ਲਾ ਦਿੰਦੀ ਤਾਂ ਜੋ ਕੁੜੀ ਨੂੰ ਨਜ਼ਰ ਨਾ ਲੱਗ ਜਾਏ। ਕੰਵਲ ਸੰਗੀਤ ਦੇ ਵਾਤਾਵਰਨ ਵਿੱਚ ਪ੍ਰਵਾਨ ਚੜ੍ਹੀ। ਪਰ ਸਕੂਲ ਵਿੱਚ ਸਲਾਨਾ ਜਲਸੇ ਉੱਤੇ ਸਭ ਕੁੜੀਆਂ ਵਿੱਚੋਂ ਕੰਵਲ ਨੂੰ ਗਾਉਣ ਵਿੱਚ ਨਹੀਂ ਸਗੋਂ ਨੱਚਣ ਵਿੱਚ ਇਨਾਮ ਮਿਲਿਆ। ਇਹ ਨੱਚਣਾ ਉਸ ਪਤਾ ਨਹੀਂ ਕਿੱਥੋਂ ਸਿੱਖ ਲਿਆ ਸੀ, ਪਤਾ ਨਹੀਂ ਨ੍ਰਿਤ ਦਾ ਸ਼ੌਕ ਉਸਨੂੰ ਕਿੱਥੋਂ ਆਇਆ, ਕਿਸਨੇ ਉਸ ਦੀਆਂ ਨਸਾਂ ਵਿੱਚ ਥਿਰਕਣ ਭਰ ਦਿੱਤੀ ਸੀ। ਉਹ ਕਈ ਵਾਰ ਕੁੰਡੀ ਲਗਾ ਕੇ ਡਰਾਇੰਗ ਰੂਮ ਵਿੱਚ ਰੇਡੀਓ ਲਾਉਂਦੀ ਤੇ ਨਾਲ ਨਾਲ ਨੱਚਦੀ ਰਹਿੰਦੀ। ਉਸ ਦੇ ਹੱਥਾਂ ਪੈਰਾਂ ਵਿੱਚ ਤਬਲੇ ਦੀ ਥਾਪ ਸੀ। ਜਦੋਂ ਗਾਣਾ ਸੁਣਦੀ ਤਾਂ ਉਸਦੀ ਅੱਡੀ ਵੱਜਣੋਂ ਨਹੀਂ ਸੀ ਰਹਿੰਦੀ। ਇੱਕ ਦਿਨ ਉਸ ਆਪਣੀ ਮਾਂ ਨੂੰ ਆਖਿਆ, ਮਾਂ ਮੈਨੂੰ ਸੰਗੀਤ ਚੰਗਾ ਲੱਗਦਾ, ਪਰ ਸੰਗੀਤ ਦੇ ਸੁਰ ਨਾਲੋਂ ਇਸ ਦੀ ਤਾਲ ਵਧੇਰੇ ਚੰਗੀ ਲੱਗਦੀ ਹੈ। ਜੀ ਕਰਦਾ ਮੈਂ ਇਹਨਾਂ ਬੋਲਾਂ ਨੂੰ ਗਾਵਾਂ ਨਾ, ਸਗੋਂ ਇਹਨਾਂ ਉੱਤੇ ਨੱਚਾਂ। ਮੈਨੂੰ ਨਾਚ ਸਿਖਾਉਣ ਵਾਲਾ ਮਾਸਟਰ ਕਿਉਂ ਨਹੀਂ ਲਾ ਦਿੰਦੀ, ਤੂੰ ਨਾਚ ਸਿੱਖੇਂਗੀ? ਮਾਂ ਨੇ ਹੈਰਾਨ ਹੋ ਕੇ ਪੁੱਛਿਆ, ਸੰਗੀਤ ਕਿਉਂ ਨਹੀਂ? ਸੰਗੀਤ ਨਾਲੋਂ ਮੈਨੂੰ ਨਾਚ ਵਧੇਰੇ ਚੰਗਾ ਲੱਗਦਾ। ਖਬਰੇ ਭੈੜੇ ਭੈੜੇ ਸ਼ੌਕ ਤੈਨੂੰ ਕਿੱਥੋਂ ਪੈ ਗਏ? ਜਦ ਕਮਲ ਨੇ ਨੱਚਣ ਲਈ ਜਿੱਦ ਕੀਤੀ ਤਾਂ ਮਾਂ ਨੂੰ ਬਹੁਤ ਗੁੱਸਾ ਆਇਆ। ਉਹ ਨੱਚਣ ਦੇ ਖਿਲਾਫ ਸੀ, ਇਸ ਲਈ ਕਿ ਸਮਾਜੀ ਤੌਰ 'ਤੇ ਇਹ ਭੈੜਾ ਕੰਮ ਹੈ। ਉਸ ਕੰਵਲ ਨੂੰ ਝਿੜਕਿਆ, ਝੰਬਿਆ, ਪਰ ਕੰਵਲ ਉੱਤੇ ਕੋਈ ਅਸਰ ਨਾ ਹੋਇਆ। ਉਸ ਦੀ ਸਭ ਤੋਂ ਵੱਡੀ ਸਦਰ ਸੀ ਕਿ ਉਹ ਇੱਕ ਵੱਡੀ ਨਰਤਕੀ ਬਣੇ। ਉਸ ਦੀਆਂ ਅੱਖਾਂ ਵਿੱਚ ਨਰਤਕੀ ਦੀ ਚਮਕ ਅਤੇ ਅੰਗਾਂ ਵਿੱਚ ਮੁਦਰਾਵਾਂ ਸਨ। ਇੱਕ ਦਿਨ ਮਾਂ ਧੀ ਵਿੱਚ ਲੜਾਈ ਹੋਈ। ਮਾਂ ਨੇ ਘੁੰਗਰੂ ਬਾਹਰ ਸੁੱਟ ਦਿੱਤੇ।
ਅੱਖਾਂ ਵੱਲ ਬਹੁਤ ਚਿਰ ਬੈਠੀ ਰੋਂਦੀ ਰਹੀ। ਉਸ ਦੀਆਂ ਸਦਰਾਂ ਦਾ ਖੂਨ ਹੋ ਗਿਆ। ਕੰਵਲ ਸਿਆਣੀ ਹੋਈ ਤਾਂ ਉਸ ਦੀਆਂ ਉਂਗਲਾਂ ਤੇ ਥਿਰਕਦੀਆਂ ਅੱਡੀਆਂ ਦੀਆਂ ਲੂਹਰੀਆਂ ਕੱਟ ਗਈਆਂ। ਇੱਕ ਵੱਡੇ ਠੇਕੇਦਾਰ ਦੇ ਮੁੰਡੇ ਨਾਲ ਉਸ ਦਾ ਵਿਆਹ ਹੋਇਆ। ਕੁੜੀ ਪੜ੍ਹੀ ਲਿਖੀ ਸੀ, BA ਪਾਸ, ਗਾਉਣਾ ਜਾਣਦੀ ਸੀ, ਸਿਤਾਰ ਵੀ ਵਜਾਉਂਦੀ ਸੀ, ਨੱਚਣ ਦਾ ਉਸਨੂੰ ਸ਼ੌਕ ਸੀ ਤੇ ਫਿਰ ਸੋਹਣੀ। ਠੇਕੇਦਾਰ ਦਾ ਮੁੰਡਾ ਬਲਾਇਤ ਪਾਸ ਕਰਕੇ ਆਇਆ ਸੀ। ਉਹ ਕੰਵਲ ਨੂੰ ਪਿਆਰ ਕਰਦਾ ਸੀ। ਕੰਵਲ ਨੇ ਸੋਚਿਆ, ਚਲੋ ਮਾਪਿਆਂ ਦੇ ਘਰ ਜੋ ਸਦਰ ਪੂਰੀ ਨਹੀਂ ਹੋਈ, ਵਿਆਹ ਹੋਣ ਪਿੱਛੋਂ ਪੂਰੀ ਕਰਾਂਗੇ। ਵਿਆਹ ਪਿੱਛੋਂ ਦੋਹਾਂ ਨੇ ਹਨੀਮੂਨ ਕਸ਼ਮੀਰ ਮਨਾਇਆ। ਕੰਵਲ ਵਾਪਸ ਆਪਣੇ ਪਤੀ ਨਾਲ ਦਿੱਲੀ ਆ ਗਈ ਤਾਂ ਉਸ ਬਿਨਾਂ ਕੋਈ ਕਲਚਰਲ ਪ੍ਰੋਗਰਾਮ ਪੂਰਾ ਨਹੀਂ ਸੀ ਹੁੰਦਾ। ਉਹ ਪਾਰਟੀਆਂ ਦੀ ਜਾਨ ਸੀ। ਉਨੀ ਦਿਨੀ ਜਦ ਉਹ ਸੋਚ ਰਹੀ ਸੀ ਕਿ ਦੱਖਣ ਵਿੱਚ ਜਾ ਕੇ ਕਿਸੇ ਗੁਰੂ ਤੋਂ ਭਰਤ ਨਾਟਿਅਮ ਦੀ ਸਿੱਖਿਆ ਲਵੇ ਜਾਂ ਦਿੱਲੀ ਹੀ ਪਹਿਲਾਂ ਕਿਸੇ ਕੋਲੋਂ ਸਿੱਖੇ, ਤਾਂ ਉਸਦਾ ਜੀ ਖਰਾਬ ਰਹਿਣ ਲੱਗਾ। ਉਸਨੂੰ ਪਤਾ ਲੱਗਾ ਕਿ ਉਹ 8 ਮਹੀਨੇ ਨਾਚ ਨਹੀਂ ਸਿੱਖੇਗੀ। ਆਪਣੀ ਮਾਂ ਦੀ ਛੱਤ ਹੇਠ ਰਹਿੰਦੀ ਉਹ ਕੈਦ ਸੀ, ਪਰ ਸਰੀਰਕ ਤੌਰ 'ਤੇ ਆਜ਼ਾਦ। ਪਤੀ ਦੀ ਛੱਤ ਹੇਠ ਉਸਨੂੰ ਹਰ ਕਾਸੇ ਦੀ ਆਜ਼ਾਦੀ ਸੀ, ਪਰ ਸਰੀਰਕ ਤੌਰ 'ਤੇ ਨਹੀਂ। ਉਸਨੇ ਤੀਵੀਂ ਦੇ ਇਸ ਪੱਖ ਬਾਰੇ ਕਦੀ ਵੀ ਨਹੀਂ ਸੀ ਸੋਚਿਆ। 8 ਮਹੀਨਿਆਂ ਪਿੱਛੋਂ ਉਸਦੇ ਮੁੰਡਾ ਹੋਇਆ। ਬੱਚਾ ਹੋਣ ਪਿੱਛੋਂ ਉਹ 1 ਮਹੀਨਾ ਹਸਪਤਾਲ ਵਿੱਚ ਹੀ ਰਹੀ। ਉਸਨੂੰ ਬਹੁਤ ਤ੍ਰੇਹ ਲੱਗਦੀ। ਗਰਮੀਆਂ ਦੇ ਦਿਨ ਸਨ। ਉਹ ਵਾਰ ਵਾਰ ਪਾਣੀ ਪੀਂਦੀ, ਬਰਫ਼ ਦਾ ਪਾਣੀ, ਸ਼ਰਬਤ, ਕੱਚੀ ਲੱਸੀ। ਬੱਚੇ ਦੀ ਸਿਹਤ ਤਾਂ ਕੁਝ ਦਿਨਾਂ ਪਿੱਛੋਂ ਠੀਕ ਹੋ ਗਈ, ਪਰ ਕੰਵਲ ਦੀ ਕਮਰ ਜੋ ਪਹਿਲਾਂ 21 ਇੰਚ ਸੀ, ਹੁਣ ਰਤਾ ਵਧੇਰੇ ਘੇਰੇ ਦੀ ਹੋ ਗਈ ਸੀ। ਪਹਿਲੀਆਂ ਸਭੇ ਕਮੀਜ਼ਾਂ ਤੰਗ ਹੋ ਗਈਆਂ। ਖਾਣਾ ਘੱਟ ਕੀਤਾ ਤਾਂ ਜੋ ਕਮਰ ਆਪਣੀ ਅਸਲੀ ਥਾਂ 'ਤੇ ਆ ਜਾਵੇ, ਪਰ ਖਾਣਾ ਘਟਾਉਣ ਨਾਲ ਕਮਰ ਨਾ ਘਟੀ। ਉਸਨੂੰ ਆਪਣੇ ਆਪ 'ਤੇ ਬਹੁਤ ਗੁੱਸਾ ਆਉਂਦਾ। ਉਹ ਸ਼ੀਸ਼ੇ ਵਿੱਚ ਆਪਣਾ ਮੂੰਹ ਤੱਕਦੀ ਰਹਿੰਦੀ। ਅੱਖਾਂ ਦੀ ਚਮਕ ਉਸੇ ਤਰ੍ਹਾਂ ਸੀ, ਪਰ ਅੱਖਾਂ ਹੇਠ ਕਿਤੇ ਕਿਤੇ ਸ਼ਾਹੀ ਫਿਰ ਗਈ ਸੀ। ਹੱਡਾਂ ਵਿੱਚ ਸੁਸਤੀ, ਅਜੀਬ ਨਸ਼ੀਲਾ ਮਿੱਠਾ ਮਿੱਠਾ ਦਰਦ। ਜੀ ਕਰਦਾ ਸੀ ਸਰੀਰ ਨੂੰ ਢਿੱਲਾ ਛੱਡ ਕੇ ਪਲੰਘ ਉੱਤੇ ਪੈ ਜਾਵੇ। ਮੁੰਡਾ ਵੱਡਾ ਹੋਣ ਲੱਗਾ। ਉਹ 4 ਸਾਲਾਂ ਦਾ ਸੀ ਕਿ ਕੰਵਲ ਦਾ ਜੀ ਫਿਰ ਘਿਰਨ ਲੱਗਾ ਅਤੇ ਪਹਿਲਾਂ ਵਾਂਗ ਉਸਦੀ ਜੀਭ ਦਾ ਸਵਾਦ ਕਸੈਲਾ ਕਸੈਲਾ ਰਹਿਣ ਲੱਗਾ। ਉਹ ਮੁੜ ਕਿਸੇ ਧੀ ਪੁੱਤ ਦੀ ਆਸ ਬੰਦ ਸੀ। ਜਿਨੀ ਦਿਨੀ ਉਸਦੇ ਬੱਚਾ ਹੋਣ ਵਾਲਾ ਸੀ, ਉਹ ਕਮਰੇ ਵਿੱਚ ਪਈ ਕਈ ਕਈ ਘੰਟੇ ਸੋਚਦੀ ਰਹਿੰਦੀ ਕਿ ਉਹ ਮੁੜ ਕਦੇ ਨੱਚਣਾ ਸਿੱਖ ਸਕੇਗੀ। ਕਬੀਲਦਾਰੀ ਦੇ ਝੇੜਿਆਂ ਵਿੱਚ ਗਾਉਣਾ ਮੁਮਕਿਨ ਹੈ, ਪੜ੍ਹਨਾ ਲਿਖਣਾ ਵੀ ਆਸਾਨ ਹੈ, ਪਰ ਨੱਚਣਾ ਉੱਕਾ ਨਾਮੁਮਕਿਨ। ਉਹ ਕਦੀ ਵੀ ਨੱਚਣਾ ਨਹੀਂ ਸਿੱਖ ਸਕੇਗੀ। ਜ਼ਿੰਦਗੀ ਦੀ ਸਭ ਤੋਂ ਵੱਡੀ ਸਦਰ ਦਿਲ ਵਿੱਚ ਹੀ ਲੈ ਕੇ ਇਸ ਦੁਨੀਆਂ ਤੋਂ ਤੁਰ ਜਾਏਗੀ। ਪਹਿਲੀ ਵਾਰ ਮੁੰਡਾ ਹੋਇਆ ਸੀ। ਮੁੰਡਿਆਂ ਭਲਾ ਨੱਚਣਾ ਕੀ ਹੈ? ਜੇ ਇਸ ਵਾਰ ਕੁੜੀ ਹੋਈ ਤਾਂ ਉਹ ਉਸਨੂੰ ਜੰਮਦੀ ਨੂੰ ਹੀ ਨੱਚਣ ਦੇ ਸਕੂਲ ਵਿੱਚ ਪਾ ਦੇਵੇਗੀ। 5 ਸਾਲਾਂ ਦੀ ਕੁੜੀ ਹੋਈ ਤਾਂ ਘਰ ਮਾਸਟਰ ਰੱਖ ਦਿਆਂਗੇ। ਫਿਰ 10 ਸਾਲ ਦੀ ਉਮਰ ਵਿੱਚ ਦੱਖਣ ਕਿਸੇ ਗੁਰੂ ਕੋਲ ਘੱਲ ਦਿਆਂਗੇ ਤਾਂ ਜੋ ਉਹ ਵੱਡੀ ਨਰਤਕੀ ਬਣ ਸਕੇ। ਉਸਨੇ 2 ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ ਇਸ ਵਾਰ ਉਸਦੇ ਕੁੜੀ ਹੋਵੇ। ਉਸਦੀ ਪ੍ਰਾਰਥਨਾ ਮਨਜ਼ੂਰ ਹੋਈ ਅਤੇ ਉਸਦੇ ਕੁੜੀ ਜੰਮੀ। ਕੁੜੀ ਨੇ ਹੌਲੀ ਹੌਲੀ ਵੱਡੇ ਹੋਣਾ ਸ਼ੁਰੂ ਕੀਤਾ। ਕੰਵਲ ਚਾਹੁੰਦੀ ਸੀ ਕਿ ਇੱਕੋ ਛੜੱਪੇ ਵਿੱਚ ਕੁੜੀ 5 ਸਾਲਾਂ ਦੀ ਹੋ ਜਾਵੇ ਤਾਂ ਜੋ ਨੱਚਣ ਦੀ ਵਿੱਦਿਆ ਸ਼ੁਰੂ ਕਰ ਸਕੇ। ਇਸ ਤਰ੍ਹਾਂ ਦਾ ਜਨੂੰਨ ਜਿਹਾ ਸੀ ਉਸਨੂੰ। ਉਹ ਆਪਣੀ ਮਾਂ ਅਤੇ ਉਸਦੀ ਮਾਂ ਤੋਂ ਬਦਲਾ ਲੈਣਾ ਚਾਹੁੰਦੀ ਸੀ। ਕੁੜੀ ਨੂੰ ਸਿਖਾ ਕੇ ਉਹ ਆਪਣੀ ਸਭ ਤੋਂ ਵੱਡੀ ਸਦਰ ਪੂਰੀ ਕਰਨਾ ਚਾਹੁੰਦੀ ਸੀ। ਉਸਨੇ ਕੁੜੀ ਦਾ ਨਾਮ ਰੱਖਿਆ ਆਸ਼ਾ। ਆਸ਼ਾ ਘੁੰਗਰੂਆਂ ਦੇ ਛਣਕਾਰ ਅਤੇ ਸਿਤਾਰ ਦੀ ਚੁਣਕਾਰ ਵਿੱਚ ਵੱਡੀ ਹੋਈ। ਭਾਵੇਂ ਨੱਚਣ ਦੇ ਸਭ ਸਾਧਨ ਘਰ ਵਿੱਚ ਮੌਜੂਦ ਸਨ, ਪਰ ਆਸ਼ਾ ਨੂੰ ਇਸ ਨਾਲੋਂ ਗੁੱਡੀਆਂ ਪਟੋਲੇ ਅਤੇ ਮੂਰਤਾਂ ਵਾਲੀਆਂ ਕਿਤਾਬਾਂ ਚੰਗੀਆਂ ਲੱਗਦੀਆਂ ਸਨ। ਉਸਨੂੰ ਅਣਗਿਣਤ ਕਹਾਣੀਆਂ ਯਾਦ ਸਨ, ਫਿਰ ਵੀ ਉਸਦੀਆਂ ਕਹਾਣੀਆਂ ਦੀ ਭੁੱਖ ਨਹੀਂ ਸੀ ਮਿਟਦੀ। ਰਾਤ ਨੂੰ ਸੌਣ ਲੱਗੇ ਆਪਣੀ ਮਾਂ ਨੂੰ ਜੰਗਲੀ ਸ਼ਹਿਜ਼ਾਦੀ, ਰਾਜੇ ਦਾ ਹਾਥੀ ਅਤੇ 7 ਲੜੇ ਹਾਰ ਦੀਆਂ ਕਹਾਣੀਆਂ ਸੁਣਾਉਣ ਲਈ ਆਖਦੀ। ਸਕੂਲ ਵਿੱਚ ਅੱਧੀ ਛੁੱਟੀ ਵੇਲੇ ਬਾਕੀ ਕੁੜੀਆਂ ਅੱਡੀ ਟੱਪਾ ਅਤੇ 7 ਸਮੁੰਦਰ ਖੇਡਦੀਆਂ, ਆਸ਼ਾ ਮੂਰਤਾਂ ਵਾਲੀ ਕਿਤਾਬ ਲੈ ਕੇ ਬੈਠ ਜਾਂਦੀ।
एक दिन उसकी मां स्कूल गई। सालाना जलसा सी। आशा जमात विच्चों अव्वल आई सी। मां ने आख्या, धीए बहुता पढ़ी दा नहीं, अखां खराब हो जांदियां ने, संगीत ते नचण वल भी ध्यान दिया कर, अज कल तो हर कुड़ी नू नचना आना जरूरी है। साडा घर बाकी टब्बरां वांग सौड़ियां कीमतां दा गुलाम नहीं, सगो विशाल ते चंगियां कीमतां नू कबूलदा है। जद तू दसवीं पास कर ले तो तेनू नाच दे स्कूल कल्लांगे। नहीं मां, मैं तो कॉलेज जावांगी। चलिए कॉलेज विच आए साल हजारां कुड़ियां बीए पास कर लैंदियां ने, कोई पुछदा भी नहीं, पर जे नचना आउंदा होवे तां इस कला दी सौ कदर है। मां अपणियां आसां गुंदती रही, आशा अपणियां। मां नाच दे सुपने तकदी रही, आशा किताबां विच लुकी हुई दुनिया दे। दसवीं विच आशा अव्वल आई। उसदी सदर सी एमए पास करे, साहित दी एमए ते कहानियां लिखे। साहित दी दुनिया विच डुब्बी हुई आशा नूं एक दिन उसकी मां ने आख्या, मैं तेरे स्कूल का प्रबंध कर दिता, मैं नहीं जाना। क्यों? मैनू नचण विच कोई दिलचस्पी नहीं, मैं अगे पढ़ना चाहती हाँ, मेरे नाल दियां सारियां कुड़ियां पढ़ रही ने। साहित दी दुनिया बचित्र है, महान है, मैं पढ़ांगी कॉलेज विच। मां दियां सदरां उत्ते पानी फिर गया। उसने मूँह वट लिया। उसनू इंज लग्या जिमें 15 साल वह किसी नू प्यार करती रही है, ते एकदम उस आदमी ने आख्या, मैनू तेरे नाल प्यार नहीं, मैं तो किसी होर कुड़ी नू प्यार करता हाँ। उक्का त्रो दगा धोखा। मां धी दे विचकार वड्डी कंध सी। वह एक दूजे नू देख नहीं सन सकदियां। आशा दे दिल अंदर डूब पै रहे सन। उसकी मां क्यों पढ़ाई दे विरुद्ध सी? क्यों उसकी सब तो वड्डी दुश्मन उसकी मां सी? उसके दिल अंदर चीस उठ रही सी कि उसकी सब तो वड्डी सदर उसकी मां की खाहश उत्ते कुर्बान हो जाएगी। वह गिल्लियां अखां नाल खिड़की विच्चों दूर बाहर तक रही सी। शुक्रिया दोस्तों।